ਸਤਿ ਸ਼੍ਰੀ ਅਕਾਲ ਜੀ, ਨਮਸਤੇ, ਬਹੁਤ ਬਹੁਤ ਪਿਆਰ, ਹੱਸਦੇ ਰਹੋ, ਵਸਦੇ ਰਹੋ, ਸਦਾ ਖੁਸ਼ ਰਹੋ। ਅੱਜ ਅਸੀਂ ਜਪਾਨ ਦੀ ਇੱਕ ਸਪੈਸ਼ਲ ਫੇਸ਼ੀਅਲ ਬਣਾਵਾਂਗੇ, ਤੁਹਾਨੂੰ ਦੱਸਾਂਗੇ। ਅਸੀਂ ਜਪਾਨ ਗਏ ਸੀ, 2 ਸਾਲ ਅਸੀਂ ਉੱਥੇ ਰਹੇ, ਟੋਕੀਓ ਵਿੱਚ ਰਹੇ ਅਸੀਂ, ਜਪਾਨ ਦੀ ਕੈਪੀਟਲ ਹੈ ਜਿਹੜੀ। ਉੱਥੇ ਅਸੀਂ ਜਦੋਂ ਗਏ ਤਾਂ ਅਸੀਂ ਇੱਕ ਚੀਜ਼ ਦੇਖੀ, ਜਿੱਥੇ ਵੀ ਜਾਈਏ ਬੱਚਿਆਂ ਦੇ ਵੀ ਵੱਡਿਆਂ ਦੇ ਵੀ ਫੇਸ ਇੰਝ ਚਮਕਦੇ ਸਨ, ਸਕਿਨ ਇੰਨੀ ਸੁੰਦਰ ਸੁੰਦਰ ਚਿਹਰੇ। ਪਹਿਲੇ ਤਾਂ ਸਾਨੂੰ ਉੱਥੋਂ ਦੀ ਭਾਸ਼ਾ ਨਹੀਂ ਆਉਂਦਾ ਸੀ, ਉਹ ਲੋਕ ਅੰਗਰੇਜ਼ੀ ਨਹੀਂ ਇੰਨੀ ਜਾਣਦੇ, ਕੋਈ ਕੋਈ ਲੋਕ ਬੋਲਦੇ ਨੇ, ਬਾਕੀ ਸਾਰੀ ਆਪਣੀ ਲੈਂਗੁਏਜ ਬੋਲਦੇ ਨੇ। ਸਾਨੂੰ ਸਮਝ ਨਾ ਆਇਆ ਵੀ ਹੁਣ ਕਿਹਦੇ ਕੋਲ ਪੁੱਛੀਏ ਕੀ ਕਰੀਏ, ਬੜਾ ਕੁਛ ਕੀਤਾ ਵੀ ਸ਼ਾਇਦ ਪਤਾ ਨਹੀਂ ਕੋਈ ਇੱਥੋਂ ਦੀ ਕੋਈ ਜਪਾਨ ਦੀ ਸਪੈਸ਼ਲ ਕੋਈ ਕਰੀਮ ਹੋਏਗੀ ਜਿਹੜੀ ਲਗਾਉਂਦੇ ਨੇ। ਬਾਅਦ ਵਿੱਚ ਅਸੀਂ ਜੋ ਥੋੜ੍ਹਾ ਸਾਨੂੰ ਟਾਈਮ ਹੋ ਗਿਆ, ਫਿਰ ਅਸੀਂ ਪਤਾ ਕੀਤਾ ਕਿਸੇ ਕੋਲੋਂ, ਇੱਕ ਲੇਡੀ ਸੀ ਉਹ ਇੰਗਲਿਸ਼ ਜਾਣਦੀ ਸੀ, ਉਹਦੇ ਨਾਲ ਗੱਲਬਾਤ ਕੀਤੀ, ਉਹਨੇ ਦੱਸਿਆ ਜੀ ਇਹ ਸਾਡਾ ਇੱਕ ਬਹੁਤ ਪੁਰਾਣਾ ਨੁਸਖਾ ਹੈ ਜੋ ਅਸੀਂ ਯੂਜ਼ ਕਰਦੇ ਹਾਂ, ਸਿਰਫ ਚਾਵਲ। ਚਾਵਲ ਵਿੱਚ 3 ਹੋਰ ਇਨਗਰੀਡੀਅੰਟ ਉਹਨਾਂ ਦੱਸੇ, ਔਰ ਉਹਦਾ ਹੀ ਉਹਨਾਂ ਨੇ ਕਿਹਾ ਅਸੀਂ ਸਕ੍ਰੱਬ ਵੀ ਬਣਾਉਂਦੇ ਹਾਂ, ਇਹਦੇ ਨਾਲ ਅਸੀਂ ਮੂੰਹ ਸਾਫ਼ ਕਰਦੇ ਹਾਂ, ਇਹ ਉੱਤੇ ਲਗਾਉਂਦੇ ਹਾਂ। ਇਹ ਕਰੀਮ ਹੈ ਜੋ ਅੱਜ ਮੈਂ ਤੁਹਾਨੂੰ ਬਣਾ ਕੇ ਦੱਸਾਂਗੀ, ਤੁਸੀਂ ਇਹਨੂੰ ਐਂਡ ਤੱਕ ਦੇਖਣਾ। ਐਂਡ ਵਿੱਚ ਤੁਹਾਨੂੰ ਮੈਂ ਇੱਕ ਹੋਰ ਟ੍ਰਿਕ ਦੱਸਾਂਗੀ ਜਿਹਦੇ ਨਾਲ ਆਪਣਾ ਤੁਸੀਂ ਚਿਹਰਾ ਹੋਰ ਵੀ ਸੁੰਦਰ ਕਰ ਸਕਦੇ ਹੋ। ਕਾਰਨ ਇਹ ਹੁੰਦਾ ਸਾਡੀ ਸਕਿਨ ਕਿਉਂ ਖਰਾਬ ਹੁੰਦੀ ਹੈ, ਸਾਡੇ ਫੇਸ ਦੇ ਉੱਤੇ ਪੋਰ ਹੁੰਦੇ ਨੇ, ਛੋਟੇ 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 ਛੋਟੇ, ਤੁਸੀਂ ਕਦੀ ਦੇਖੇ ਹੋਣਗੇ, ਕਈਆਂ ਦੇ ਬੜੇ ਦਿਸਦੇ ਨੇ ਕਿ ਉਹ ਖੁੱਲ੍ਹ ਜਾਂਦੇ ਨੇ, ਅਤੇ ਖੁੱਲ੍ਹਣ ਤੋਂ ਬਾਅਦ ਉਹਨਾਂ ਦੀ ਜਿਹੜੀ ਸਕਿਨ ਸਾਡੀ ਹੁੰਦੀ ਉਹ ਲੂਜ਼ ਹੋ ਜਾਂਦੀ ਹੈ। ਲੂਜ਼ ਹੋਣ ਨਾਲ ਤੁਸੀਂ ਦੇਖਦੇ ਹੋ ਕਿ ਚੁਰੜੀਆਂ ਤਾਂ ਚਲੋ 50 ਜਾਂ 60 ਸਾਲ ਬਾਅਦ ਹੋਣ, ਉਹ ਤਾਂ ਠੀਕ ਹੈ, ਕਈ ਵਾਰ 30-40 ਸਾਲ ਵੀ ਬਾਅਦ ਵੀ ਸਕਿਨ ਜਿਹੜੀ ਹੈ ਲੂਜ਼ ਹੋ ਜਾਂਦੀ ਹੈ। ਅਤੇ ਇਹ ਜਿਹੜਾ ਫੇਸ਼ੀਅਲ ਹੈ ਉਸ ਸਕਿਨ ਨੂੰ ਟਾਈਟ ਕਰੇਗਾ, ਖਿੱਚੇਗਾ, ਜਿਹਦੇ ਨਾਲ ਚੁਰੜੀਆਂ ਵੀ ਕੱਟਣਗੀਆਂ ਤੁਹਾਡੀਆਂ, ਜਿਹੜੇ ਰਿੰਕਲ ਪੈਂਦੇ ਨੇ ਉਹ ਕੱਟ ਜਾਣਗੇ, ਸਕਿਨ ਬਹੁਤ ਸੁੰਦਰ ਹੋਏਗੀ, ਬਿਊਟੀਫੁੱਲ ਹੋਏਗੀ, ਔਰ ਜਿਹੜੀ ਗਲੋ ਕਰੇਗੀ। ਔਰ ਜਿਹੜੀ ਇਹ ਰੁੱਖੀ ਸਕਿਨ ਹੁੰਦੀ ਹੈ ਨਾ, ਜਿਵੇਂ ਕਹਿੰਦੇ ਨੇ ਬੜੇ ਰੁੱਖਾ ਜਿਹਾ ਮੂੰਹ ਹੈ, ਖੁਸ਼ਕ ਜਿਹਾ, ਉਹ ਵੀ ਠੀਕ ਕਰੇਗੀ। ਉਹ ਹੁਣ ਤੁਹਾਨੂੰ ਅਸੀਂ ਦੱਸਦੇ ਹਾਂ ਕਰੀਮ ਕਿਵੇਂ ਬਣਾਵਾਂਗੇ। ਹਾਂਜੀ, ਦੇਖੋ ਚਾਵਲ ਲੈਣੇ ਨੇ ਅਸੀਂ, ਇਹ ਦੇਖੋ ਮੈਂ ਚਾਵਲ 2 ਘੰਟੇ ਪਹਿਲੇ ਭਿਉਂਏ ਸਨ, ਤੁਸੀਂ ਵੀ ਇਹਨਾਂ ਨੂੰ 2 ਘੰਟੇ ਪਹਿਲੇ ਭਿਉਂ ਕੇ ਰੱਖਣਾ। 3 ਚਮਚ ਤੁਸੀਂ ਛੋਟੇ ਚਾਵਲ ਦੇ ਲੈਣੇ ਨੇ, ਉਹਨਾਂ ਨੂੰ 1/2 ਕੱਪ ਪਾਣੀ 'ਚ, ਮੈਂ ਪਾਣੀ ਦੇਖੋ ਪਾਇਆ ਹੋਇਆ ਹੈ, ਥੋੜ੍ਹਾ ਜ਼ਿਆਦਾ ਵੀ ਹੋ ਜਾਵੇ ਤਾਂ ਵੀ ਕੋਈ ਗੱਲ ਨਹੀਂ, 1/2 ਕੱਪ ਪਾਣੀ ਵਿੱਚ ਤੁਸੀਂ ਭਿਉਂ ਕੇ ਰੱਖਣੇ 2 ਘੰਟੇ। ਬਾਅਦ ਵਿੱਚ ਅਸੀਂ ਕੀ ਕਰਾਂਗੇ, ਇਹਨਾਂ ਨੂੰ ਗ੍ਰਾਇੰਡ ਕਰਾਂਗੇ। ਮੇਨ ਇਨਗਰੀਡੀਅੰਟ ਸਾਡਾ ਚਾਵਲ ਨੇ, ਚਾਵਲ ਤੁਸੀਂ ਕੋਈ ਵੀ ਲੈ ਸਕਦੇ ਹੋ ਜੋ ਤੁਸੀਂ ਯੂਜ਼ ਕਰਦੇ ਹੋ, ਕਿ ਜ਼ਰੂਰੀ ਨਹੀਂ ਬਾਸਮਤੀ ਲੈਣੇ ਨੇ ਜਾਂ ਕੋਈ ਨਵੀਂ ਕਿਸਮ ਦੇ, ਨਹੀਂ, ਚਾਵਲ ਹਰ ਇੱਕ ਹੀ ਯੂਜ਼ ਹੋ ਸਕਦਾ ਜੋ ਵੀ ਤੁਸੀਂ ਕਰਨਾ ਚਾਹੋਗੇ। 3 ਚਮਚ ਚਾਵਲ ਸੀ, 1/2 ਕੱਪ ਪਾਣੀ ਸੀ, ਚਾਵਲ ਛੋਟਾ ਕੱਪ ਹੁੰਦਾ 1/2 ਕੱਪ, 2 ਘੰਟੇ ਭਿਉਂ ਕੇ ਰੱਖਣਾ। ਇਸ ਤੋਂ ਬਾਅਦ ਅਸੀਂ ਇਹਨਾਂ ਨੂੰ ਗ੍ਰਾਇੰਡ ਕਰ ਲਿਆ ਹੋਇਆ, ਅਤੇ ਗ੍ਰਾਇੰਡ ਕਰਨ ਤੋਂ ਬਾਅਦ ਅਸੀਂ ਕੀ ਕਰਨਾ ਹੈ, ਇਸ ਨੂੰ ਅਸੀਂ ਛਾਨਾਂਗੇ। ਇਹ ਦੇਖੋ ਪਾਣੀ ਅਸੀਂ ਉੱਪਰ ਅਲੱਗ ਕਰ ਲਿਆ, ਹੁਣ ਸਾਡਾ ਥੱਲੇ ਜਿਹੜੇ ਚਾਵਲ ਨੇ ਜਿਹੜੇ ਬਚ ਗਏ ਨੇ, ਇਹ ਦੇਖੋ ਅਸੀਂ, ਮੈਂ ਤੁਹਾਨੂੰ ਦਿਖਾਵਾਂਗੀ, ਇਹ ਸਾਡਾ ਸਕ੍ਰੱਬ ਬਣੇਗਾ, ਇਹ ਸਾਡਾ ਫੇਸ਼ੀਅਲ ਬਣੇਗਾ ਜਿਹੜਾ ਅਸੀਂ ਚਿਹਰੇ 'ਤੇ ਲਗਾਵਾਂਗੇ। ਸਾਡੇ ਚਿਹਰੇ ਦੇ ਉੱਤੇ ਪੋਰ ਹੁੰਦੇ ਨੇ ਨਾ, ਮੈਂ ਤੁਹਾਨੂੰ ਦੱਸਿਆ ਸੀ, ਖੁੱਲ੍ਹ ਜਾਂਦੇ ਨੇ, ਅਤੇ ਜਦੋਂ ਟਾਈਟ ਹੋ ਜਾਂਦੇ ਨੇ ਤਾਂ ਸਕਿਨ ਗਲੋ ਕਰਨ ਲੱਗ ਪੈਂਦੀ, ਜਿਵੇਂ ਸ਼ੀਸ਼ਾ ਮੁਲਾਇਮ ਹੁੰਦਾ ਨਾ, ਇਸ ਤਰ੍ਹਾਂ ਹੋ ਜਾਂਦਾ। ਸਾਡਾ ਚਾਵਲ ਉੱਪਰ ਬਚ ਗਏ ਸੀ ਜਿਹਦਾ ਅਸੀਂ ਸਕ੍ਰੱਬ ਬਣਾਉਣਾ ਹੈ, ਅਸੀਂ ਉਹਦੇ ਵਿੱਚ 2 ਚਮਚ ਦੁੱਧ ਪਾਵਾਂਗੇ, ਨਾਰਮਲ ਦੁੱਧ, ਗਰਮ ਨਹੀਂ ਕਰਨਾ, ਕੁਛ ਨਹੀਂ ਕਰਨਾ। ਇਹ ਸਾਡਾ ਬਣ ਗਿਆ ਜੀ ਸਕ੍ਰੱਬ। ਤੁਸੀਂ ਇਹਨੂੰ ਕੀ ਕਰਨਾ, ਆਪਣੇ ਚਿਹਰੇ 'ਤੇ 2 ਮਿੰਟ ਵਾਸਤੇ ਲਗਾਉਣਾ, 2 ਮਿੰਟ ਲਗਾ ਕੇ ਇਸ ਨੂੰ ਇਸ ਤਰ੍ਹਾਂ ਜਿਵੇਂ ਇਸ ਤਰ੍ਹਾਂ ਗੁਲਾਈ ਵਿੱਚ ਅਸੀਂ ਮਾਲਿਸ਼ ਕਰਨੀ ਹੈ ਨਾ, ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਸਾਰੇ ਚਿਹਰੇ 'ਤੇ ਇੰਝ ਮਾਲਿਸ਼ ਕਰਨੀ ਹੈ, ਇੱਥੋਂ ਤੱਕ ਗਰਦਨ ਤੱਕ। 2 ਮਿੰਟ ਬਾਅਦ ਤੁਸੀਂ ਕਰਨਾ ਇਹ ਸਕ੍ਰੱਬ ਨੂੰ ਧੋ ਦੇਣਾ, ਦੇਖੋ ਸਾਡਾ ਕਿ ਬਣ ਗਿਆ ਸਕ੍ਰੱਬ, ਦੇਖੋ ਇਹਦੇ ਨਾਲ ਤੁਸੀਂ ਹੱਥਾਂ ਨਾਲ ਮਾਲਿਸ਼ ਕਰਨੀ ਹੈ, ਔਰ 2 ਮਿੰਟ ਬਾਅਦ ਤੁਸੀਂ ਇਹਨੂੰ ਧੋ ਦੇਣਾ। ਇਸ ਤੋਂ ਬਾਅਦ ਜਿਹੜਾ ਅਸੀਂ ਉੱਪਰੋਂ ਪਾਣੀ ਛਾਣ ਕੇ ਉੱਪਰੋਂ ਥੱਲਿਓਂ ਪਾਣੀ ਨਿਕਲ ਗਿਆ ਸੀ, ਉਸ ਨੂੰ ਅਸੀਂ ਕਰੀਮ ਬਣਾਉਣਾ, ਇਹ ਅਸੀਂ ਪੈਨ 'ਚ ਪਾ ਦਿੱਤਾ,
ਇਹ ਜਿਹੜਾ ਥੱਲੇ ਨਹੀਂ ਉੱਪਰ ਬਚ ਗਿਆ ਸੀ ਇਹ ਅਸੀਂ ਸਕ੍ਰੱਬ ਬਣਾ ਲਿਆ। ਹੁਣ ਅਸੀਂ ਇਸਨੂੰ ਉਬਾਲਾਂਗੇ। ਇਹ ਜਿਹੜਾ ਲਿਕੁਇਡ ਅਸੀਂ ਉੱਤੋਂ ਪਾਣੀ ਨੂੰ ਜਿਹੜਾ ਛਾਨਿਆ ਸੀ ਚਾਵਲਾਂ ਦਾ, ਉਸ ਚਾਵਲਾਂ ਦੇ ਪਾਣੀ ਨੂੰ ਅਸੀਂ ਪੈਨ ਵਿੱਚ ਪਾ ਕੇ ਇਸਦੀ ਪੇਸਟ ਬਣਾਉਣੀ ਹੈ। ਜਦ ਤੱਕ ਪੇਸਟ ਨਹੀਂ ਬਣੇਗੀ ਇਸ ਤਰ੍ਹਾਂ ਇਹਨੂੰ ਹਿਲਾਉਂਦੇ ਰਹਿਣਾ ਤਾਂ ਕਿ ਨੀਚੇ ਬੈਠ ਨਾ ਜਾਏ। ਇਹ ਦੇਖੋ ਕਿੰਨੀ ਸੁੰਦਰ ਪੇਸਟ ਬਣ ਗਈ ਹੈ, ਇਹਦੀ ਕਿੰਨੀ ਸੁੰਦਰ ਦੇਖੋ ਕਰੀਮ ਬਣ ਗਈ ਹੈ। ਹੁਣ ਅਸੀਂ ਇਹਨੂੰ ਠੰਡਾ ਕਰਨ ਵਾਸਤੇ ਰੱਖਾਂਗੇ। ਇਹਦਾ ਅਸੀਂ ਫੇਸ ਪੈਕ ਬਣਾਉਣਾ। ਇਹਦੇ 'ਚ 2 ਚਮਚ ਮੈਂ ਲੈ ਲਈ ਕਰੀਮ, ਅਸੀਂ ਇਹਦੇ 'ਚ ਪਾ ਲਾਂਗੇ। ਤੁਹਾਨੂੰ ਜ਼ਿਆਦਾ ਚਾਹੀਦੀ ਹੈ ਥੋੜ੍ਹੀ ਹੋਰ ਵੀ ਲੈ ਸਕਦੇ ਹੋ, ਲੇਕਿਨ ਅਸੀਂ 2 ਹੀ ਚਮਚ ਲਈਏ, ਬਹੁਤ ਲੱਗ ਰਹੀ ਹੈ ਮੈਨੂੰ। ਇਹਨੂੰ ਥੋੜ੍ਹੀ ਦੇਰ ਠੰਡਾ ਹੋਣ ਦਿਓ। ਸਾਡੀ ਜਿਹੜੀ ਅਸੀਂ ਬਣਾਈ ਹੈ ਚਾਵਲਾਂ ਦੀ, ਇਹ ਠੰਡੀ ਹੋ ਗਈ ਹੈ। ਇਹਦੇ 'ਚ 1 ਚਮਚ ਅਸੀਂ ਦੁੱਧ ਪਾਵਾਂਗੇ। ਇਹ ਕੋਕੋਨਟ ਆਇਲ ਮੈਂ ਪਿਘਲਾ ਲਿਆ, ਮੈਂ ਇਹਦੇ 'ਚ 1/2 ਚਮਚ ਪਾਵਾਂਗੀ। ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਹੁਣ ਪਾਵਾਂਗੇ ਬਦਾਮ ਦਾ ਤੇਲ। ਤੁਹਾਨੂੰ ਇਹਦੇ ਵਿੱਚ ਕੋਈ ਇਨਗਰੀਡੀਐਂਟ ਐਸਾ ਹੈ ਜੋ ਤੁਹਾਨੂੰ ਫਿੱਟ ਨਹੀਂ ਬੈਠਦਾ, ਉਹ ਬੇਸ਼ੱਕ ਤੁਸੀਂ ਨਾ ਪਾਉਣਾ। ਵੈਸੇ ਸਾਰੇ ਹੀ ਅੱਛੇ ਨੇ, ਇਹਦੇ 'ਚ ਵਿਟਾਮਿਨ ਏ ਹੁੰਦਾ, ਇਸ ਵਾਸਤੇ ਬਹੁਤ ਜ਼ਰੂਰੀ ਹੈ। ਇਹ ਵੀ ਅਸੀਂ 1/2 ਹੀ ਚਮਚ ਪਾਉਣਾ। ਇਹਦੇ 'ਚ ਅਸੀਂ ਪਾਉਣੀ ਹੁਣ ਸ਼ਹਿਦ। ਸ਼ਹਿਦ ਅੱਜ ਕੱਲ੍ਹ ਮੈਂ ਪਿਘਲਾਈ ਵੀ ਸੀ ਲੇਕਿਨ ਫਿਰ ਵੀ ਜੰਮ ਗਈ ਹੈ। ਬਸ ਇਤਨੀ ਕੁ ਸ਼ਹਿਦ ਪਾਉਣੀ ਇਹਦੇ 'ਚ, ਜੰਮ ਗਈ ਹੈ ਮੇਰੀ। ਵੈਸੇ ਇਹਨੂੰ ਪਿਘਲਾ ਕੇ ਪਾਉਣਾ ਚਾਹੀਦਾ, ਪਿਘਲਾਈ 'ਤੇ ਸੀ ਫਿਰ ਆਉਂਦੇ ਆਉਂਦੇ ਜੰਮ ਹੀ ਗਈ ਹੈ। ਬਸ 1/2 ਚਮਚ ਦੇ ਕਰੀਬ ਹੀ ਪਾਉਣੀ, ਮਤਲਬ ਬਦਾਮ ਦਾ ਤੇਲ 1/2 ਚਮਚ, ਪਿਘਲਿਆ ਹੋਇਆ 1/2 ਚਮਚ ਕੋਕੋਨਟ ਔਰ 1/2 ਚਮਚ ਹੀ ਸ਼ਹਿਦ ਪਿਘਲੀ ਹੋਈ। ਅਸੀਂ ਇਹਨੂੰ ਹੁਣ ਅੱਛੀ ਤਰ੍ਹਾਂ ਮਿਲਾ ਦਾਂਗੇ। ਦੇਖੋ ਇਹ ਚਾਵਲਾਂ ਦੀ ਜਿਹੜੀ ਅਸੀਂ ਕਰੀਮ ਬਣਾਈ ਸੀ ਬਣ ਗਈ ਹੈ। ਤੁਸੀਂ ਇਸ ਤਰ੍ਹਾਂ ਅਸੀਂ ਸ਼ੀਸ਼ੇ ਦੇ ਬੋਲ 'ਚ ਹੀ ਪਾਈ ਹੋਈ ਹੈ, ਇਸ ਨੂੰ ਅਸੀਂ ਬੰਦ ਕਰਕੇ ਫਰਿੱਜ 'ਚ ਰੱਖ ਦਾਂਗੇ। ਵੈਸੇ ਸਾਰੀ ਯੂਜ਼ ਹੋ ਜਾਏਗੀ, ਇਤਨੀ ਤੁਹਾਨੂੰ ਕਰਨੀ ਚਾਹੀਦੀ ਹੈ 2 ਚਮਚ। ਇਹਦੇ 'ਚ ਜਿਹੜੇ ਇਨਗਰੀਡੀਐਂਟ ਪਾਏ ਨੇ, ਕਈਆਂ ਨੂੰ ਸ਼ਹਿਦ ਜਿਹੜੀ ਹੈ ਉਹਨਾਂ ਨੂੰ ਸੂਟ ਨਹੀਂ ਕਰਦੀ ਅਤੇ ਉਹਨਾਂ ਦੇ ਨਾ ਪਿੰਪਲ ਆ ਜਾਂਦੇ ਨੇ, ਇਸ ਵਾਸਤੇ ਅਗਰ ਤੁਹਾਨੂੰ ਸੂਟ ਨਹੀਂ ਕਰਦੀ ਤੁਸੀਂ ਨਾ ਪਾਉਣਾ। ਇਹਨੂੰ ਤੁਸੀਂ ਆਪਣੇ ਚਿਹਰੇ 'ਤੇ ਜਿਵੇਂ ਫੇਸ਼ੀਅਲ ਕਰਦੇ ਨੇ ਉਸ ਤਰ੍ਹਾਂ ਅੱਛੀ ਤਰ੍ਹਾਂ ਲਗਾ ਦੇਣੀ। ਇਹਦੀ ਪੇਸਟ ਕਰੀਮ ਨੂੰ ਅੱਛੀ ਤਰ੍ਹਾਂ ਲਗਾ ਦੇਣਾ ਸਾਰੇ ਗਰਦਨ ਤੱਕ, ਇੱਥੋਂ ਤੱਕ ਔਰ ਸਾਰੇ ਚਿਹਰੇ 'ਤੇ, ਅੱਖਾਂ ਨੂੰ ਛੱਡ ਕੇ ਆਈਬ੍ਰੋ ਦੇ ਉੱਤੇ ਸਾਰੀ, ਇਹ ਨੱਕ 'ਤੇ, ਇੱਥੇ, ਇੱਥੇ, ਸਾਰੇ ਅੱਛੀ ਤਰ੍ਹਾਂ ਲਗਾ ਦੇਣੀ ਹੈ ਸਾਰੇ ਏਰੀਏ 'ਚ। ਕੰਨਾਂ 'ਤੇ ਵੀ ਬੇਸ਼ੱਕ ਲਗਾ ਦੇਣਾ। ਲਗਾਉਣ ਤੋਂ ਬਾਅਦ 30 ਮਿੰਟ ਤੱਕ ਇਹਨੂੰ ਰੱਖਣਾ। 30 ਮਿੰਟ ਬਾਅਦ ਤੁਸੀਂ ਪਾਣੀ ਦੇ ਨਾਲ ਆਪਣੇ ਫੇਸ ਨੂੰ ਅੱਛੀ ਤਰ੍ਹਾਂ ਧੋ ਕੇ ਸੌਫਟਲੀ ਟਾਵਲ ਦੇ ਨਾਲ ਪੂੰਝ ਲੈਣਾ, ਜ਼ਿਆਦਾ ਜ਼ੋਰ ਨਾਲ ਨਹੀਂ ਪੂੰਝਣਾ। ਇਹ ਕਰੀਮ ਤੁਸੀਂ ਇੱਕ ਦਿਨ ਲਗਾ ਕੇ, 1 ਦਿਨ ਛੱਡ ਕੇ ਫਿਰ ਲਗਾ ਸਕਦੇ ਹੋ। ਰੋਜ਼ ਤਾਂ ਲਗਾਉਣਾ ਸਾਨੂੰ ਥੋੜ੍ਹਾ ਮੁਸ਼ਕਲ ਹੋ ਜਾਂਦਾ, ਅਗਰ ਰੋਜ਼ ਲੱਗੇ ਤਾਂ ਇਸ ਵਰਗੀ ਤਾਂ ਗੱਲ ਨਹੀਂ, ਲੇਕਿਨ ਤੁਸੀਂ 1 ਦਿਨ ਛੱਡ ਕੇ 2 ਦਿਨ ਛੱਡ ਕੇ ਜ਼ਰੂਰ ਲਗਾਉਣਾ, ਫਿਰ ਤੁਸੀਂ ਦੇਖਣਾ ਤੁਹਾਡੇ ਚਿਹਰੇ 'ਚ ਕੀ ਫਰਕ ਆਇਆ, ਚਿਹਰਾ ਕਿਸ ਤਰ੍ਹਾਂ ਸੁੰਦਰ ਲੱਗ ਰਿਹਾ। ਇਹ ਕਰੀਮ ਬਹੁਤ ਅੱਛੀ ਹੈ, ਨੈਚੁਰਲ ਹੈ, ਇਹਦੇ 'ਚ ਕੋਈ ਕੈਮੀਕਲ ਹੈ ਹੀ ਨਹੀਂ, ਸਭ ਅੱਛੀਆਂ ਚੀਜ਼ਾਂ ਨੇ। ਲੇਕਿਨ ਇੱਕ ਗੱਲ ਜਾਂਦੇ ਜਾਂਦੇ ਮੈਂ ਤੁਹਾਨੂੰ ਦੱਸਾਂਗੀ, ਸਾਡੀ ਨਾ ਬਾਡੀ ਰਾਤ ਨੂੰ ਰੈਸਟ ਕਰਦੀ ਹੈ ਨਾ, ਅਤੇ ਉਹਦੇ 'ਚ ਐਨਰਜੀ ਬਣਦੀ ਹੈ ਅਤੇ ਸਵੇਰੇ ਫਿਰ ਅਸੀਂ ਤਿਆਰ ਹੋ ਜਾਂਦੇ ਹਾਂ ਕੰਮ ਕਰਨ ਵਾਸਤੇ। ਜਦੋਂ ਸੋਂਦੇ ਹਾਂ ਤਾਂ ਉਹਦੇ ਵਿੱਚ ਸਾਡੀ ਬਾਡੀ 'ਚੋਂ ਨਾ ਕੁਝ ਤੇਲ ਨਿਕਲਦੇ ਨੇ, ਜਿਵੇਂ ਪੈਦਾ ਕਰਦੀ ਹੈ, ਪ੍ਰੋਡਿਊਸ ਕਰਦੀ ਹੈ ਬਾਡੀ, ਉਹ ਤੇਲ ਸਾਡੇ ਮੂੰਹ 'ਤੇ ਵੀ ਆਉਂਦਾ ਹੈ, ਬਾਡੀ 'ਤੇ ਵੀ ਆਉਂਦਾ ਹੈ। ਅਸੀਂ ਕੀ ਕਰਦੇ ਹਾਂ, ਸਵੇਰੇ ਉੱਠ ਕੇ ਨਾ ਸਾਬਣ ਰਗੜ ਰਗੜ ਕੇ ਨਾ ਲਗਾ ਕੇ ਅਤੇ ਨਹਾਉਂਦੇ ਹਾਂ। ਤੁਸੀਂ ਮੇਰਾ ਇੱਕ ਟ੍ਰਿਕ ਵੀ ਯਾਦ ਕਰਨਾ, ਕਦੀ ਵੀ ਆਪਣੇ ਮੂੰਹ 'ਤੇ ਸਵੇਰੇ ਉੱਠ ਕੇ ਸਾਬਣ ਨਹੀਂ ਲਗਾਉਣਾ, ਨਾ ਸਾਬਣ ਨਾਲ ਧੋਣਾ, ਸਿੰਪਲ ਪਾਣੀ ਨਾਲ ਧੋਣਾ, ਬਸ ਇਹ ਚੀਜ਼ ਜ਼ਰੂਰ ਯਾਦ ਰੱਖਣਾ। ਔਰ ਤੁਹਾਡਾ ਚਿਹਰਾ ਦੇਖੋ, ਇਹ ਕਰੀਮ ਨੂੰ ਤੁਸੀਂ ਯੂਜ਼ ਕਰਨਾ, ਇਹ ਸਪੈਸ਼ਲ ਕਰੀਮ ਹੈ, ਬਹੁਤ ਅੱਛੀ ਕਰੀਮ ਹੈ। ਥੈਂਕ ਯੂ ਵੈਰੀ ਮੱਚ, ਗੋਡ ਬਲੈਸ ਯੂ।